ਲਓ ਜੀ, ਸਾਡੇ ਆ ਗਏ ਟੀਮ ਦੇ ਮੈਂਬਰ ਨਿੱਕੇ ਨਿੱਕੇ, ਸਾਡੇ ਟੀਮ ਦੇ ਮੈਂਬਰ ਨਿੱਕੇ ਨਿੱਕੇ ਆ ਗਏ ਆ। ਵੈਲਕਮ ਮਾਝਾ ਹੋਟਲ, ਹੈਪੀ ਬਰਥਡੇ, ਥੈਂਕ ਯੂ, ਹੈਪੀ ਬਰਥਡੇ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਲਓ ਜੀ, ਭਲਵਾਨ ਸਾਹਿਬ ਵੀ ਆ ਗਏ ਆ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਇਹ ਆ ਜੀ ਫੈਮਿਲੀ ਬੈਠੀ ਪਹਿਲਾਂ ਹੀ, ਬਸ ਇਹ ਆ ਕਿ ਚਲੋ ਹੁਣ ਕਾਫੀ ਦਿਨ ਹੋ ਗਏ ਜੀ ਕਿ ਬੈਠੇ ਨਹੀਂ, ਸਾਰੇ ਜਣੇ ਇਕੱਠੇ ਹੋ ਗਏ ਤੇ ਹੁਣ ਸੁੱਖ ਤੇ ਆਂਟੀ ਵੀ ਪਹੁੰਚਣ ਵਾਲੇ ਆ। ਆ ਜਾਂਦੇ 10-15 ਮਿੰਟਾਂ ਤੱਕ, ਆਂਟੀ ਫੋਨ ਨਹੀਂ ਚੁੱਕਣ ਦੇ। ਗੁਰੂ ਕੀ ਜਾਏ ਕਰਨ, ਇਹ ਕੀ ਜਾਏ ਖਾਣ, ਦੱਸ ਕੀ ਖਾਂਦੇ ਹੋ, ਹੈ ਦੱਸ ਕੀ ਖਾਂਦੇ ਹੋ, ਕੀ ਖਾਣਾ ਹੈ ਮੈਨੂੰ ਦਿਖਾ, ਫਿਰ ਦੱਸ ਕੀ ਖਾਂਦੇ ਹੋ, ਉਹ ਦੱਸ ਕੀ ਖਾਂਦੇ, ਦੱਸ ਇੱਧਰ, ਓਏ ਹੋਏ ਗੰਦਾ। ਅਤੇ ਇਹ ਆ ਜੀ ਭਾਅ ਜੀ ਮਾਝਾ ਰੈਸਟੋਰੈਂਟ ਦੇ ਮਾਲਕ, ਅਤੇ ਮਨਪ੍ਰੀਤ ਦੇ ਹੈਗੇ ਜੀ ਮਾਸੀ ਦੇ ਬੇਟਾ ਜੀ, ਇਹ ਫੌਜ 'ਚੋਂ ਰਿਟਾਇਰ ਹੋਏ ਆ ਅਤੇ ਇਹਨਾਂ ਆਪਣਾ ਆਣ ਕੇ ਕਾਰੋਬਾਰ ਖੋਲ੍ਹਿਆ ਇੱਥੇ। ਆ ਜੀ ਸਾਡੀ ਨਵੀਂ ਜੋੜੀ, ਦੱਸੋ ਜੀ, ਜੋਬਨ ਅਤੇ ਅਮਰਵੀਰ, ਅਮਰਜੀਤ ਕੌਰ, ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਕਿਵੇਂ ਦੀ ਇਹਨਾਂ ਤੁਹਾਨੂੰ ਐਕਟਿੰਗ ਲੱਗੀ। ਹੋਰ ਫਿਰ ਅਮਰੂ, ਵਧੀਆ ਵਧੀਆ ਜੀ, ਬਣ ਗਈ, ਬਣ ਗਈ ਪੱਕਾ, ਪੱਕਾ ਰਾਈਟ, ਗੋਲੀ ਖਾਣ ਨੂੰ ਤਿਆਰ ਜੀ, ਗੋਲੀ ਨਾ ਮਾਰਿਓ, ਜੋ ਕੁਝ ਮਰਜ਼ੀ ਕਰ ਸਾਲ, ਠੀਕ ਠੀਕ। ਲਓ ਜੀ ਸਾਡੇ ਆ ਗਏ ਸਤਿ ਸ਼੍ਰੀ ਅਕਾਲ, ਆਪਾਂ ਵੀ ਆ ਗਏ, ਤੇਰੀ ਹੁੰਦੀ ਰਹਿੰਦੀ ਰੋਜ਼, ਨਹੀਂ ਕੋਈ ਦੋ ਕੋਈ ਕਰੋ ਗੱਲਬਾਤ, ਤੁਸੀਂ ਆਪ ਆਣ ਕੇ ਹੁਣ ਤੂੰ ਰੁਚੀ ਆ, ਅਮਰਜੀਤ ਕਰੂ ਤੇਰੇ ਨਾਲ ਗੱਲਬਾਤ, ਅਮਨ ਦੂਰੀ ਸੁਣ ਕੇ ਆ ਗਿਆ।
ਨਹੀਂ ਨਹੀਂ ਬਈ ਤਾਂ ਹੀ ਨਹੀਂ ਸਾਰੇ ਜਾਂਦੇ ਹੈਗੇ ਸੁੱਖ ਸੌਖੀ ਆ ਵਾਕਿਆ ਜੀ ਸੁੱਖ ਆਈ ਤੇ ਟੇਬਲ ਗਾਹ ਭਜਾਉਣ ਡੇ ਪਏ ਆ ਤੇ ਸਾਰੇ ਅਰਮਾਨ ਨਾਲ ਬਹਿ ਗਏ ਸੀ ਆਣ ਕੇ ਚੱਲ 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 ਲਾਗੇ ਲਾਗੇ ਨਿਆਣੇ ਚੱਲ ਸਾਡੇ ਤੂੰ ਵੀ ਆ ਜਾ ਆ ਵਿਚਾਰੇ ਸਾਰੇ ਜਾਣੇ ਮਨਜੋਤ ਵੱਲ ਵੇਖਣ ਦੇ ਆਣ ਪਾਣੀ ਆਉਂਦੇ ਮੂੰਹ ਰਾਜੇ ਦਾ ਪੂਰਾ ਟਾਹਰਾ ਰਾਜੇ ਨੇ ਨਿੱਕੀ ਪੰਜਾ ਵੀ ਭਾਲੀ ਆ ਪ੍ਰਾਤਾ ਆਹ ਵੇਖਾ ਆ ਨਿੱਕੇ ਜਿਹੇ ਮੋਦੀ ਭੁੱਖ ਲੱਗੀ ਜਾ ਉਹਦੀ ਨਾ ਵੇਖੋ ਚੱਲ ਆ ਜਾਂਦਾ ਹੈ ਜੀਬਾ ਫੇਰਦਾ ਕਮੈਂਟ ਕਰਕੇ ਦੱਸਿਓ ਕਿ ਸਭ ਤੋਂ ਚਲਾਕ ਇਹਨਾਂ ਤਿੰਨਾਂ ਚੋਂ ਕੌਣ ਵਾ ਆਹੋ ਆਈ ਆਹ ਲੜ ਪਈ ਮੈਂ ਤੇ ਪੈਦੇ ਮਾਨਵੀਰ ਮੈਂ ਪਹਿਲਾਂ ਕਹਿ ਨਾ ਲਿਆ ਵੀ ਨਾਲ ਇਹ ਲੜਦੀ ਸਾਡੇ ਨਾਲ ਦੁਪਹਿਰੇ ਗਏ ਸੀ ਘਰ ਸਿਆਣੀ ਗੱਲ ਆ ਉਹਦੀ ਨਾਲ ਉਹਨੂੰ ਪਤਾ ਤਾਊ ਪਾਪਾ ਦੀ ਗੱਲ ਰਹਿ ਜੂਗੀ ਨਹੀਂ ਆਈ ਨਾਲ ਆਹੋ ਪਹਿਲਾਂ ਬਲਜੀਤ ਨੇ ਸ਼ੇਰ ਛੜੀ ਆ ਦਈਆਂ ਦੋ ਮੈਨੂੰ ਫਿਰ ਸੁੱਖ ਕੀ ਆਲੂ ਕਿੱਦਾਂ ਦਾ ਟੇਸਟੀ ਆਂਟੀ ਨੂੰ ਸਵਾ ਸੱਤ ਹੋ ਗਏ ਆ ਸੱਤ ਵੀਹ ਵੈਲਕਮ 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 ਸਭ ਤੋਂ ਅੰਟੀ ਵੱਧ ਕਾਹਲੀ 5 ਵਜੇ ਟਾਈਮ ਆ ਆਂਟੀ ਇਹ ਰੀਤ ਬਦਲਣੀ ਨੀ ਗੀ ਨਹੀਂ ਵਿਚਾਰੀ ਮਨਪ੍ਰੀਤ ਦਾ ਪਤਾ ਕਿੰਨਾ ਬੁਰਾ ਹਾਲੀ ਭੁੱਖ ਨਾਲ
ਆਂਟੀ ਨੂੰ ਇਹ ਨਹੀਂ ਪਤਾ ਕਿ ਕਾਹਦੇ ਵਾਸਤੇ ਸੱਦਿਆ ਇੱਥੇ ਅੱਜ। ਆਪੇ ਪੁੱਜੋ ਹੁਣ ਕੀ ਦਿਲ ਦੇਣ ਵਾਸਤੇ ਸੱਦਿਆ ਆਂਟੀ ਇਹ ਸਰਪ੍ਰਾਈਜ਼ ਪਾਰਟੀ। ਇਹ ਕਿਸੇ ਨੂੰ ਦੱਸਿਆ ਹੀ ਨਹੀਂ ਪਰ ਮਨਪ੍ਰੀਤ ਨੇ ਸਾਰਿਆਂ ਨੂੰ ਦੱਸਤਾ। ਇਹ ਹੁਣ ਸਾਲ ਭਰ ਸਰਪ੍ਰਾਈਜ਼ ਨਹੀਂ ਦਿੱਤੀ ਪਾਰਟੀ ਤੁਹਾਨੂੰ ਹੈਂ ਸਾਲ ਮੰਨੇਗੀ ਬਸ ਬਸ ਇਹ ਤਾਂ ਆਂਟੀ ਇੱਕ ਨਾ ਹੁਣ ਕਈ ਜਣੇ ਕੇ ਸਾਰੀ ਟੀਮ ਇਕੱਠੀ ਨਹੀਂ ਹੋਈ ਉਹਦੇ ਚੱਕਰ 'ਚ ਆਹੋ ਆਂਟੀ ਆ ਜਿਹੜਾ ਭਾਜੀ ਪੈਂਦੀ ਸੱਸ ਸਹੁਰਾ ਤੇ ਵੱਖਰਾ ਨਹੀਂ ਹੁੰਦਾ ਉਹ ਚੱਲ ਆਂਟੀ ਜ਼ਿਆਦਾ ਨਾ ਸੋਚੀ ਤੁਹਾਨੂੰ ਦੱਸ ਹੀ ਦਿੰਦੇ ਹਾਂ ਅੱਜ ਕੱਲ੍ਹ ਹੀ ਮੇਰਾ ਬਰਥਡੇ ਅਤੇ ਕੱਲ੍ਹ ਤੁਹਾਡਾ ਟਾਈਮ ਨਹੀਂ ਕਿਸੇ ਦਾ ਆਂਟੀ ਨੇ ਵਿਸ਼ ਕੀਤਾ ਸੀ ਮੈਨੂੰ ਹਾਂ ਉਹਦੀ ਪਾਰਟੀ ਹੋਈ ਥੈਂਕ ਯੂ ਹਾਂ ਨਹੀਂ ਨਹੀਂ ਕੋਈ ਪਰਵਾਹ ਨਹੀਂ ਜੀ ਆਹੋ ਉਹ ਨਹੀਂ ਦੱਸਣੀ ਹੈ ਜੀ ਨਾ ਇੱਕ ਪਾਰਟੀ ਹੋਰ ਮਾਰਾ ਕਿਰਪਾ ਕਰੇ ਪੰਜ ਜਣੇ ਹੈ ਫਿਰ ਇਕੱਠੀ ਦੇਵਾਂਗੇ ਹਾਂ ਫਿਰ ਦੇਵਾਂਗੇ ਉਹ ਸਰਪ੍ਰਾਈਜ਼ ਪਾਰਟੀ ਹੋਊਗੀ ਹਾਂ ਬਸ ਉਹ ਉਹਨੂੰ ਵੀ ਨਹੀਂ ਪਤਾ
ਸੀ ਮੈਨੂੰ ਕੱਲੇ ਨੂੰ ਪਤਾ ਵਾ ਨਹੀਂ ਤੇਰੀ ਵਹੁਟੀ ਨੂੰ ਨਹੀਂ ਪਤਾ ਨਾ ਉਹ ਕਿਸੇ ਨੂੰ ਵੀ ਨਹੀਂ ਪਤਾ ਉਹ ਸਾਰਿਆਂ ਵਾਸਤੇ ਸਰਪ੍ਰਾਈਜ਼ ਹੀ ਹੋਊਗਾ ਨਹੀਂ ਨਹੀਂ ਉਹ ਪੱਕਾ ਹੋਊਗਾ ਨਹੀਂ ਹਿੰਟ ਨਹੀਂ ਨਾ ਦੇਣਾ ਹਿੰਟ ਦਿੰਦੇ ਤਾਂ ਸਰਪ੍ਰਾਈਜ਼ ਖਤਮ ਹੋ ਜਾਣਾ ਬਸ ਸਭ ਤੋਂ ਪਹਿਲਾਂ ਸਟਾਰਟ ਇਹਨੇ ਕੀਤਾ ਦੀਦੀ ਸੌਸ ਤੇ ਆਪੋ ਆਪਣੀ ਪਾ ਲੈਂਦੀ ਖੜੋ ਖੜੋ ਸਾਰੇ ਜਾਣੇ ਹੀਰਾ ਸਿੰਘ ਫੌਜ ਚੋਂ ਰਿਟਾਇਰਮੈਂਟ ਹੋ ਕੇ ਆਏ ਸਾਡੇ ਨਗਰ ਦੇ ਦੂਆ ਗੱਡੀ ਰੱਖੀ ਇਹਨਾਂ ਨੇ ਹੁਣ ਠੀਕ ਠੀਕ ਵਧੀਆ ਆਪਣੀ ਲਾਈਫ ਨੂੰ ਜ਼ਿੰਦਗੀ ਵਰਨਾ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਤੇ ਸਾਡੇ ਬਲੌਗ ਸਾਰੇ ਵੇਖਦੇ ਵੀਡੀਓ ਵੇਖਦੇ ਸਬਸਕ੍ਰਾਈਬਰ ਆ ਗਏ ਠੀਕ ਠੀਕ ਆ ਜੀ ਬੜਾ ਚੰਗਾ ਲੱਗਦਾ ਜਦੋਂ ਸਾਰੇ ਸਾਡੇ ਭੈਣ ਭਰਾ ਨਾਲ ਸਬਸਕ੍ਰਾਈਬ ਸਭ ਕੁਝ ਬਿਲਕੁਲ ਜੀ ਬਿਲਕੁਲ ਕਿ ਭੈਣ ਭਰਾਵਾਂ ਦੇ ਆਸਰੇ ਆਪਾਂ ਉੱਠਦੇ ਫਿਰਦੇ ਹਾਂ ਹਾਂਜੀ ਹਾਂਜੀ ਠੀਕ ਠੀਕ ਨੰਬਰ ਦੇ ਦਿਓ ਜੀ ਆਪਣਾ ਆਪਣਾ ਮੋਬਾਈਲ ਨੰਬਰ ਬੋਲ ਦਿਓ ਫਿਰ ਬੋਲ ਇੱਕ ਵਾਰੀ 9483 6604 ਬਿਲਕੁਲ ਜੀ ਬਿਲਕੁਲ ਇਹਦੀ ਪੁੱਛੀ ਦਾ ਰਘਵੀਰ ਭਾਜੀ ਆਂਟੀ ਦਾ ਪਤਾ ਨੀ ਅੰਕਲ ਤੇ ਨਹੀਂ ਮੰਨਦਾ ਬੁੱਢਾ ਬੂਹਾ ਸ਼ਾਹ ਬਰਗਰ ਕਿਉਂ ਨੀ ਖਾਦਾ ਦੱਸੋ
ਇੱਧਰ ਵੇਖੋ ਇਹਨਾਂ ਨੇ ਮੇਲੇ ਲਾਏ ਆ, ਇਹ ਕਾਜਨੌਰ ਤੇ ਕਾਜਨੌਰ ਦੋਵੇਂ ਉਹ ਵੀ ਕਿੱਥੇ ਵੜ ਗਿਆ, ਆਹ ਵੇਖੋ ਪੰਗੇ ਵੇਖੋ ਇਹ ਉਹ ਹੀ ਹੁਣ ਉਹਨੇ ਵੀ ਕਾਪੀ ਕਰਨੀ ਆ ਚਲੋ ਲਓ ਜੀ ਖਾ ਪੀ ਕੇ ਤੇ ਪਾਰਟੀ ਹੋ ਗਈ ਖਤਮ ਹੁਣ ਪਾੜ ਕੇ ਨਾ ਚੰਗੀ ਤਰ੍ਹਾਂ ਦੇ ਹੁਣ ਚੱਲੇ ਤੇ ਹੁਣ ਚੱਲਿਆ ਘਰ ਨੂੰ ਇਹ ਬੇਟੇ ਵਾਸਤੇ ਕਰਾ ਲਿਆ ਪਾਰਸਲ ਆ ਜੀ ਗੁਰਬਲ ਕਿਦਾਂ ਅੰਕਲ ਜੀ ਠੀਕ ਇੱਧਰ ਬੜਾ ਫੋਟੋ ਸ਼ੂਟ ਹਾਂ ਕੁੜੀਏ ਚਲੀਏ ਚਲੋ ਠੀਕ ਆ ਜੀ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ।